ਹਾਂਜੀ ਵੀਰੇ ਵੇਖੋ ਵੀ ਦਿੱਤਾ ਭਰੋਸਾ ਇਹਨਾਂ ਨੇ, ਠੀਕ ਹੈ, ਜਿੰਨੇ ਜੋਗੇ ਹੈਗੇ ਸਾਡੀ ਸੁਰੱਖਿਆ ਕਰੀ ਜਾਂਦੇ ਆ। ਬਾਕੀ ਵੀ ਮੈਨੂੰ ਤਾਂ ਇਹੀ ਸੀ ਵੀ ਉਹ ਦੋਸ਼ੀ ਕਿਉਂ ਨਹੀਂ ਫੜਿਆ ਗਿਆ, ਬਾਕੀ ਉਹਦੇ ਕੋਲ ਨਜਾਇਜ਼ ਹਥਿਆਰ ਸੀ ਉਹ ਨਹੀਂ ਫੜੇ ਗਏ, ਜਿਹੜਾ ਉਹਦਾ ਅਸਲ ਸੀ ਉਹ ਨਹੀਂ ਫੜਿਆ ਗਿਆ। ਅਜੇ ਵੇਖੋ ਉਹਦਾ ਕੀ ਪਲੈਨ ਹੈ ਵੀ ਜਿਹੜਾ ਮਹੀਨਾ ਹੋ ਗਿਆ ਉਹ ਬੰਦੇ ਨੂੰ ਗ੍ਰਿਫਤਾਰ ਨਹੀਂ ਕੀਤਾ। ਮੈਂ ਤਾਂ ਇਹੀ ਕਹਿਣੀ ਹੈ, ਬਾਕੀ ਵੀ ਹੁਣ ਆਪਣਾ ਤਾਂ ਕੋਈ ਇੱਥੇ ਜ਼ੋਰ ਨਹੀਂ, ਸਰਕਾਰ ਇਹਨਾਂ ਦੀ ਹੈ, ਸਾਰਾ ਕੁਛ ਇਹਨਾਂ ਦਾ, ਮੈਂ ਕੁਛ ਨਹੀਂ ਕਹਿ ਸਕਦੀ ਇਹਦੇ 'ਚ। ਮੇਰਾ ਕੋਈ ਸਰਕਾਰ ਨੇ ਮੇਰੀ ਨਹੀਂ ਅੱਜ ਤੱਕ ਬਾਂਹ ਫੜੀ, ਨਾ ਫੜਨੀ ਇੱਦੂ ਮਗਰੋਂ ਫੜ ਵੀ ਨਹੀਂ ਸਕਦੇ। ਮੈਂ ਤਾਂ ਹੁਣ ਜਿਵੇਂ ਠੀਕ ਹੈ ਕੇਸ ਮੇਰਾ ਜਾਵੜਿਆ ਚੰਡੀਗੜ੍ਹ ਜਾਵੜਿਆ ਹਾਈ ਕੋਰਟ ਦੇ ਵਿੱਚ, ਹੁਣ ਵੇਖੋ ਉੱਥੇ ਫੈਸਲਾ ਜਿਵੇਂ ਹੋਊਗਾ। ਸਰਕਾਰ ਦੇ ਲੀਡਰਾਂ ਦੇ ਨਾਮ ਲਏ ਸੀ, ਉਹਨਾਂ ਤੇ ਹਲੇ ਤੱਕ ਕੋਈ ਮੁਕਦਮਾ ਦਰਜ ਨਹੀਂ? ਨਾ ਨਾ ਨਾ, ਕੋਈ ਨਹੀਂ ਹੋਇਆ ਉਹਨਾਂ ਤੇ। ਤੁਹਾਨੂੰ ਕੋਈ ਆਸ ਲੱਗਦੀ ਵੀ ਲੀਡਰ ਨਾਮ ਲਿੱਤੇ ਤੱਕ ਕਾਰਵਾਈ ਕਿਉਂ ਨਹੀਂ ਹੋ ਰਹੀ? ਨਹੀਂ ਨਹੀਂ, ਮੈਨੂੰ ਕੋਈ ਆਸ ਨਹੀਂ, ਮੈਨੂੰ ਤਾਂ ਮੈਂ ਤਾਂ ਬਸ ਆਹ ਪੁੱਛਣਾ ਚਾਹੁੰਦੀ ਹਾਂ ਵੀ ਇਹ ਕਿਹੜੇ ਸਿਆਸੀ ਬੰਦੇ ਦਾ ਐਡਾ ਹੱਥ ਹੈ ਜਿਹੜਾ ਇਹ ਬੰਦਾ ਫੜਿਆ ਨਹੀਂ ਜਾਂਦਾ, ਵੀ ਇਹਦੇ ਹਥਿਆਰ ਨਹੀਂ ਫੜੇ ਜਾਂਦੇ। ਬਸ ਮੈਂ ਤਾਂ ਇਹੀ ਕਹਿੰਦੀ ਹਾਂ ਵੀ ਇਹ ਮੈਨੂੰ ਇੰਨਾ ਕੁ ਪਤਾ ਲੱਗ ਜੇ ਮੈਂ ਟੈਕ ਕੇ ਆਪਦੇ ਘਰੇ ਬਹਿ ਜਾਂ। ਜੋ ਲੀਡਰਾਂ ਦੇ ਤੁਸੀਂ ਦੋ ਨਾਮ ਲਏ ਸੀਗੇ ਉਹਨਾਂ ਤੇ ਹੋ ਗਿਆ ਮੁਕੱਦਮਾ ਜਾਂ? ਨਾ ਨਾ ਨਾ, ਕੋਈ ਨਹੀਂ ਹੋਇਆ ਉਹਨਾਂ ਤੇ, ਕੁਛ ਨਹੀਂ ਹੋਇਆ। ਜਦੋਂ ਇਹਨਾਂ ਤੇ ਨਹੀਂ ਹੋਇਆ ਉਹਨਾਂ ਤੇ ਕਿੱਥੋਂ ਲੀਡਰਾਂ ਦੇ ਕਿੱਥੋਂ, ਜੋ ਆਮ ਬੰਦਾ ਨਹੀਂ ਫੜਿਆ ਗਿਆ ਇੱਕ ਤੇ ਲੀਡਰ ਕਿੱਥੋਂ ਫੜੇ ਜਾਣਗੇ? ਤੇ ਤੁਸੀਂ ਇਸ ਤੋਂ ਅੱਗੇ ਫਿਰ ਕੀ ਕਾਰਵਾਈ ਕਰੋਗੇ ਜੇ ਨਹੀਂ ਫੜੇ ਜਾਂਦੇ? ਉਹ ਤਾਂ ਹੁਣ ਤਾਂ ਮੈਂ ਹਾਈ ਕੋਰਟ 'ਚ ਹੀ ਆ ਬਸ, ਮੇਰਾ ਉੱਥੇ ਫੈਸਲਾ ਹੋਊਗਾ ਜੋ ਹੋਊਗਾ, ਜਿੰਨੇ ਜੋਗੀ ਆ ਵਿਚਾਰੇ ਸਾਡਾ ਕਰੀ ਜਾਂਦੇ, ਪੁਲਿਸ ਅੱਜ ਤਾਂ ਜਿੰਨੀ ਸਾਡੀ ਸੁਰੱਖਿਆ ਕਰ ਸਕਦੇ ਕਰੀ ਜਾਂਦੇ ਆ, ਜਿੰਨਾ ਅਸੀਂ ਆਉਂਦੇ ਹਾਂ ਸਾਨੂੰ ਜੀ ਆਇਆਂ ਨੂੰ ਕਹਿੰਦੇ ਆ, ਮੰਨਦੇ ਵੀ, ਬਾਕੀ ਮੇਰੇ ਨਾਲ ਮੇਰੇ ਆ ਭੈਣ ਭਰਾ ਖੜੇ ਆ, ਇਹ ਮੇਰਾ ਸਾਥ ਦੇਣਗੇ। ਹਾਂ ਜਸੇ ਬੰਦਗਾ, ਇਹ ਮੈਨੂੰ ਇਹਨਾਂ 'ਤੇ ਮਾਣ ਆ, ਜਿਵੇਂ ਇਹ ਕਹਿਣਗੇ ਅੱਜ ਮੈਨੂੰ ਕਹਿਣਗੇ ਬਹਿ ਜਾ ਮੈਂ ਬਹਿ ਜੂੰਗੀ, ਜੇ ਇਹ ਕਹਿਣਗੇ ਵੀ ਬੀਬੀ ਸਾਡੇ ਨਾਲ ਤੁਰੀ ਆ ਮੈਂ ਇਹਨਾਂ ਦੇ ਨਾਲ ਤੁਰੀ ਜਾਊਂਗੀ, ਹੋਰ ਤਾਂ ਮੈਨੂੰ ਕਿਸੇ ਦਾ ਸਹਾਰਾ ਨਹੀਂ ਬਸ ਇਹਨਾਂ ਤੋਂ ਬਿਨਾਂ। ਹਾਂ ਹਾਂ, ਸੁਰਜੀਤ ਸਿੰਘ ਨੂੰ ਜਿਹੜੀ ਕੋਈ ਧਮਕੀ ਮਿਲਦੀ ਸੀ ਉਹ ਸਾਨੂੰ ਪਤਾ, ਉਨਾ ਕੁ ਵੀ ਉਹਨੂੰ ਤੰਗ ਕੇ ਪਰੇਸ਼ਾਨ ਕੀਤਾ ਜਾਂਦਾ ਸੀ, ਹੁਣ ਉਸ ਬੰਦੇ ਦਾ ਤਾਂ ਮੈਂ ਕੀ ਕੁਛ ਨਹੀਂ, ਝੂਠ ਨਹੀਂ ਮੈਂ ਮਾਰ ਸਕਦਾ। ਜਸੀਂ ਸਮੁੱਚੀਆਂ ਜਥੇਬੰਦੀਆਂ SSP ਨੂੰ ਮਿਲੇ ਸੀ ਕਿਉਂਕਿ ਅਸੀਂ ਜਥੇਬੰਦੀਆਂ ਨੇ ਇੱਕ ਫੈਸਲਾ ਕੀਤਾ ਕਿ ਜਿਸ ਦਿਨ ਮੈਂ ਉਹਨਾਂ ਨੂੰ ਦਿੱਤਾ ਸੀ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਅਤੇ SSP ਨੂੰ ਕਿ ਜਿਹੜੇ ਦੋਸ਼ੀ ਹੈ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਉਸ ਸੰਬੰਧ 'ਚ ਸਾਨੂੰ 15 ਦਿਨ ਦਾ ਇਹ ਸਮਾਂ ਲਿਆ ਸੀ, ਉਹਨਾਂ ਨੇ ਅੱਜ ਜਦੋਂ ਅਸੀਂ ਸਾਰੇ ਮਿਲੇ SSP ਨੇ ਸਾਨੂੰ ਭਰੋਸਾ ਦਵਾਇਆ ਕਿ ਮੈਂ ਰੱਬ ਨੂੰ ਜਾਣ ਦੇਣੀ ਹੈ, ਮੈਂ ਕਿਸੇ 'ਤੇ ਮੇਰਾ ਸਿਆਸੀ ਦਬਾਅ ਨਹੀਂ, ਨਾ ਦਬਾਅ ਮੈਂ ਝੱਲਦਾ, ਕਾਨੂੰਨ ਦੇ ਮੁਤਾਬਕ ਕਾਰਵਾਈ ਅਸੀਂ ਕੀਤੀ ਹੈ ਅਤੇ ਅਸੀਂ ਕਰ ਰਹੇ ਹਾਂ ਅਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜਿਹੜੇ ਬਿਜਲੀ ਬੋਰਡ ਵਾਲੇ ਆ ਉਹਨਾਂ ਨੂੰ ਵੀ ਬੁਲਾਇਆ, ਜਿਹੜੇ ਇਹਨਾਂ ਨੇ ਐਪਲੀਕੇਸ਼ਨ 'ਚ ਲਿਖਾਏ ਆ ਸਾਰਿਆਂ ਦੀ ਜਾਂਚ ਚੱਲ ਰਹੀ ਹੈ। ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਮੈਂ ਕਰਕੇ ਛੱਡੂੰਗਾ ਅਤੇ ਮੈਂ ਜਾਨ ਰੱਬ ਨੂੰ ਦੇਣੀ ਹੈ। ਪਰ ਜਥੇਬੰਦੀਆਂ ਜਿਹੜੀਆਂ ਸਮੁੱਚੀਆਂ ਜਿਹਦੇ 'ਚ ਯੂਨਾਈਟਿਡ ਅਕਾਲੀ ਦਲ ਹੈ, ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਇਹ ਸਾਰੀ ਜਥੇਬੰਦੀਆਂ ਅਸੀਂ ਇਕੱਠੇ ਹੋ ਕੇ ਅਸੀਂ ਉਹਨਾਂ ਚਿਰ ਸਾਹ ਨਹੀਂ ਲਵਾਂਗੇ ਜਿੰਨਾ ਚਿਰ ਇਸ ਨੂੰ ਇਨਸਾਫ਼ ਨਹੀਂ ਮਿਲਦਾ। ਅਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਇਹ ਤੁਰੰਤ ਇਨਸਾਫ਼ ਦੇਣਾ ਚਾਹੀਦਾ। ਜਿਹੜਾ ਬਗਰਾੜੀ ਜਿਹੜਾ ਮੋਰਚਾ ਸੀ ਨਾ, ਗੁਰੂ ਗ੍ਰੰਥ ਸਾਹਿਬ ਵਾਲਾ ਮੋਰਚਾ ਸੀ 1 ਜੂਨ ਨੂੰ ਸੀ, ਉਹ ਪਹਿਲਾਂ ਹੌਲੀ ਹੌਲੀ ਤੁਰਿਆ ਸੀ ਅਤੇ ਉਹ ਬਹੁਤ ਵੱਡਾ ਰੂਪ ਧਾਰਨ ਕਰ ਗਿਆ ਸੀਗਾ, ਜਿਹਦੇ ਨਾਲ ਇਹ ਗੱਲ ਕਿਸੇ ਤੋਂ ਸੰਭਾਲੀ ਨਹੀਂ ਗਈ। ਇਸ ਕਰਕੇ ਇਸ ਨੂੰ ਸੀਰੀਅਸ ਲੈ ਕੇ ਤੁਰੰਤ ਜਿਹੜਾ ਨਿਬੇੜ ਦੇਣਾ ਚਾਹੀਦਾ। ਅਤੇ ਜਿਹੜੀ ਬਿਜਲੀ ਦੀ ਜਿਹੜੀ ਚੋਰੀ ਦਾ ਮਾਮਲਾ ਸੀ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਉਹ ਵੀ ਕਹਿੰਦੇ 1-2 ਦਿਨਾਂ ਵਿੱਚ ਉਹ ਵੀ ਅਸੀਂ ਉਹਨੂੰ ਨਿਬੇੜ ਦੇਵਾਂਗੇ। ਅਤੇ ਇਹ ਅੱਜ ਹੋਈ ਹੈ, ਸਾਨੂੰ ਐਂ ਲੱਗਿਆ ਜਿਵੇਂ ਇਹ ਜਿਹੜੀ ਜਾਂਚ ਠੀਕ ਚੱਲ ਰਹੀ ਹੈ, ਪਰ ਫਿਰ ਵੀ ਅਸੀਂ ਉਹਨਾਂ ਉਦੋਂ ਹੀ ਮੰਨਾਂਗੇ ਜਦੋਂ ਸਾਨੂੰ ਸ਼ੀਸ਼ਾ ਸਾਹਮਣੇ ਆਜੂਗਾ। ਅਸੀਂ ਬੜੇ ਭਰੋਸੇ ਵੀ ਦੇਖਿਆ, ਸਾਰਾ ਕੁਝ ਦੇਖਿਆ, ਅਸੀਂ ਉਦੋਂ ਮੰਨਾਂਗੇ ਜਦੋਂ ਸ਼ੀਸ਼ਾ ਸਾਹਮਣੇ ਆਊਗਾ। ਇਹ ਬੀਬੀ ਹੈ, ਅਸੀਂ ਚਟਾਨ ਵਾਂਗ ਖੜੇ ਹਾਂ, ਚਟਾਨ ਵਾਂਗ ਖੜਦੇ ਰਹੇ। ਉਹਦੀ ਇਨਵੈਸਟੀਗੇਸ਼ਨ ਚੱਲਦੀ ਪਈ ਜੀ, ਦੌਰਾਨੇ ਇਨਵੈਸਟੀਗੇਸ਼ਨ ਜਿਹੜੀ ਜਿਹੜੀ ਚੀਜ਼ਾਂ ਹੁਣ ਅੱਗੇ ਆਉਣਗੀਆਂ ਉਹ ਅਸੀਂ ਫਰੀ ਐਂਡ ਫੇਅਰ ਇਨਵੈਸਟੀਗੇਸ਼ਨ ਕਰਾਂਗੇ, ਔਰ ਉਹ ਕਰਦੇ ਪਏ। ਬਕਾਇਦਾ ਉਹਨਾਂ ਨੂੰ ਮਿਲੇ ਸੀਗੇ, ਉਹਦੇ ਪਰਿਵਾਰ ਨੂੰ ਵੀ ਉਹ ਨਾਲ ਆਏ ਸੀਗੇ, ਔਰ ਅਸੀਂ ਉਹਨਾਂ ਨੇ ਸ਼ੋਰ ਕੀਤਾ ਹੈਗਾ ਔਰ ਅੱਗੇ ਇਨਵੈਸਟੀਗੇਸ਼ਨ ਸਾਡੀ ਚੱਲਦੀ ਹੈ। ਇਹੋ ਜਿਹਾ ਨਹੀਂ, ਬਿਲਕੁਲ ਵੀ ਨਾ ਕੋਈ ਐਸਾ ਜਿਹਾ ਕੋਈ ਪ੍ਰੈਸ਼ਰ ਹੈਗਾ, ਨਾ ਕੋਈ ਦਬਾਅ ਆ, ਔਰ ਬਿਲਕੁਲ ਜਿਹੜੀ ਇਨਵੈਸਟੀਗੇਸ਼ਨ ਉਹ ਫੇਅਰ ਹੋਊਗੀ, ਔਰ ਇਹਦੇ 'ਚ ਕਿਉਂਕਿ ਇਸ ਕੇਸ ਦੇ ਵਿੱਚ ਜਿਹੜਾ ਹੈਗਾ ਬਿਲਕੁਲ ਇਨਵੈਸਟੀਗੇਸ਼ਨ ਔਨ ਮੈਰਿਟ ਜਿਹੜੀ ਕਰਦੇ ਪਏ।